ਪਿਛਲੇ ਸਾਲ ਪੰਜਾਬ ਸਰਕਾਰ ਨੇ ਇੱਕ ਕਾਨੂੰਨ ਪਾਸ ਕੀਤਾ ਸੀ ਕਿ ਜੇ ਕੋਈ ਮਜ਼ਾਰੇ ਦੌਰਾਨ ਸਰਕਾਰੀ ਪ੍ਰਾਪਰਟੀ ਜਾਂ ਨਿੱਜੀ ਪ੍ਰਾਪਰਟੀ ਨੂੰ ਕੋਈ ਨੁਕਸਾਨ ਪਹੁੰਚਦਾ ਵਾ ਤੇ ਉਹਦੇ ਤੇ ਬਹੁਤ ਸਖਤ ਕਾਰਵਾਈ ਕੀਤੀ ਜਾਊਗੀ ਜਦੋਂ ਇਹ ਡੈਮੇਜ ਟੂ ਗਵਰਨਮੈਂਟ ਐਂਡ ਪ੍ਰਾਈਵੇਟ ਪ੍ਰਾਪਰਟੀਆਂ ਬਿਲ ਲਿਆਂਦਾ ਗਿਆ ਸੀਗਾ ਔਰ ਵਿਧਾਨ ਸਭਾ ਚ ਪਾਸ ਹੋਇਆ ਸੀ ਤੇ ਉਹਦੇ ਇੱਕ ਬਹੁਤ ਵੱਡਾ ਵਿਵਾਦ ਛੜਿਆ ਸੀ ਇਹਦੀ ਕਾਫੀ ਵਿਰੋਧਤਾ ਹੋਈ ਸੀ ਔਰ ਫਿਰ ਸਰਕਾਰ ਨੇ ਉਹਦੇ ਚ ਕੁਝ ਬਦਲਾਅ ਵੀ ਚੇਂਜਸ ਵੀ ਉਹਦੇ ਚ ਕੀਤੀਆਂ ਸੀ ਪਰ ਜਦੋਂ ਇਹ ਪਾਸ ਹੋਇਆ ਉਦੋਂ ਵੀ ਬਹੁਤ ਲੋਕੀ ਇਹ ਫੀਲ ਕਰਦੇ ਸੀ ਕਿ ਇਹੋ ਜੇ ਕਾਨੂੰਨ ਦੀ ਲੋੜ ਨਹੀਂ ਔਰ ਇਹ ਕਾਨੂੰਨ ਦਾ ਮਤਲਬ ਹੈ ਕਿ ਜਿਹੜੇ ਲੋਕੀ ਵੀ ਪ੍ਰੋਟੈਸਟ ਕਰ ਰਹੇ ਆ ਮਜ਼ਾਹਰੇ ਕਰਦੇ ਜੋ ਇੱਕ ਲੋਕਤੰਤਰ ਦੇ ਵਿੱਚ ਲੋਕਾਂ ਦਾ ਹੱਕ ਹੁੰਦਾ ਵਾ ਉਹਨਾਂ ਨੂੰ ਇਹ ਰੋਕਣ ਦੀ ਕੋਸ਼ਿਸ਼ ਆ ਔਰ ਲੋਕੀ ਜਿਹੜੇ ਆ ਜਿਹੜੇ ਮਜ਼ਾਹਰੇ ਕਰਦੇ ਉਹਨਾਂ ਨੂੰ ਪਸਾਇਆ ਜਾਊਗਾ ਸੰਵਿਧਾਨ ਦੇ ਵਿੱਚ ਇੱਕ ਪ੍ਰੋਵੀਜ਼ਨ ਨੇ ਆ ਕਿ ਇਹੋ ਜੇ ਕਾਨੂੰਨ ਜਰਾਂਉਂਦੇ ਆ ਉਦੋਂ ਗਵਰਨਮੈਂਟ ਆਫ ਇੰਡੀਆ ਦੀ ਅਪਰੂਵਲ ਲੈਣੀ ਜ਼ਰੂਰੀ ਆ ਜਦੋਂ ਇਹ ਬਿਲ ਗਵਰਨਮੈਂਟ ਆਫ ਇੰਡੀਆ ਨੂੰ ਭੇਜਿਆ ਗਿਆ ਹ ਹੁਣ ਪਤਾ ਲੱਗਾ ਕਿ ਗਵਰਨਮੈਂਟ ਆਫ ਇੰਡੀਆ ਨੇ ਇਹਦੇ ਤੇ ਕੋਈ ਆਪੱਤੀਆਂ ਜਤਾਈਆਂ ਨੇ ਕੀ ਜਦੋਂ ਇਹਦੀ ਵੀਡੀਓਗ੍ਰਾਫੀ ਹੋਊਗੀ ਉਹ ਵੀਡੀਓਗ੍ਰਾਫੀ ਕੌਣ ਕਰੂਗਾ ਕੀ ਸੇਫਗਾਰਡ ਹੈ ਵੀ ਵੀਡੀਓਗ੍ਰਾਫੀ ਜਿਹੜੀ ਹੋਊਗੀ ਵੀਡੀਓ ਨੂੰ ਚੇਂਜ ਨਹੀਂ ਕੀਤਾ ਜਾਊਗਾ ਉਹਨੂੰ ਟੈਂਪਰ ਨਹੀਂ ਕੀਤਾ ਜਾਊਗਾ ਸੋ ਇਹੋ ਜਿਹੇ ਉਹਨਾਂ ਨੇ ਕਈ ਸਵਾਲ ਉਠਾਏ ਆ ਔਰ ਮੇਰਾ ਖਿਆਲ ਆ ਪੰਜਾਬ ਸਰਕਾਰ ਇਸ ਸਵਾਲ ਜਿਹੜੇ ਆ ਇਹਨਾਂ ਦੇ ਜਵਾਬ ਦੇਣ ਚਾਜ ਕਰ ਲੱਗੀ ਆ ਪਰ ਸਰਕਾਰ ਨੂੰ ਵੀ ਚਾਹੀਦਾ ਵਾ ਵੀ ਇਹਦੇ ਤੇ ਮੁੜ ਵਿਚਾਰ ਕਰੇ ਕਿ ਕੀ ਲੋਕਤੰਤਰ ਦੇ ਵਿੱਚ ਕੀ ਰਾਜ ਦੇ ਵਿੱਚ ਇਹੋ ਜੀ ਕੋਈ ਵਿਵਸਥਾ ਹੈ ਸਿਚੁਏਸ਼ਨ ਬਣੀ ਆ ਵੀ ਇਹੋ ਜੇ ਬਿਲ ਦੀ ਲੋੜ ਆ ਵੇਖ ਲੇ ਹਜੀ ਕਾਨੂੰਨ ਦੀ ਐਸੇ ਲੋਡ ਹੈ ਹੀ ਨਹੀਂ ਸੋ ਇਹ ਬਿੱਲ ਜਿਹੜਾ ਵਾ ਕਾਨੂੰਨ ਜਿਹੜਾ ਵਾ ਇਹ ਵਿਧਰੋਅ ਕਰਨਾ ਚਾਹੀਦਾ